ਸਾਡੇ ਨਾਲ ਨੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਵਿਧਾਇਕ ਗੁਰਮੀਤ ਸਿੰਘ ਮੀਤੇਹਰ, ਜਿਨ੍ਹਾਂ ਨੇ ਕਾਂਗਰਸੀ ਉਮੀਦਵਾਰ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਮਾਤ ਦਿੱਤੀ ਹੈ। ਅੱਜ ਅਸੀਂ ਅਜੀਤ ਵੈੱਬ ਟੀਵੀ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੀਤ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਜੀਤ ਵੱਲੋਂ। ਤੁਸੀਂ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਹੈ ਹਲਕਾ ਬਰਨਾਲਾ ਤੋਂ, ਅਤੇ ਇਸ ਜਿੱਤ ਪਿੱਛੇ ਕੀ ਤੁਹਾਡੀ ਸਫਲਤਾ ਦਾ ਕੀ ਰਾਜ ਰਿਹਾ, ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਸਭ ਤੋਂ ਪਹਿਲਾਂ ਤਾਂ ਧੰਨਵਾਦ ਲਾਡੀ ਜੀ। ਜਿਹੜੀ ਜਿੱਤ ਦਾ ਰਾਜ ਇਹੀ ਹੈ ਜੀ ਕਿ ਇਸ ਵਾਰ ਜਿਹੜੀ ਇਲੈਕਸ਼ਨ ਲੜੀ ਗਈ ਹੈ ਲੋਕਾਂ ਨੇ ਲੜੀ ਹੈ। ਬਰਨਾਲੇ 'ਚ ਮੇਰੇ ਨਾਲੋਂ ਜ਼ਿਆਦਾ ਪ੍ਰਚਾਰ ਸਾਡੇ ਜਿਹੜੇ ਵਲੰਟੀਅਰ ਆ ਉਹਨਾਂ ਨੇ ਕੀਤਾ, ਰੇਹੜੀ ਵਾਲਿਆਂ ਨੇ ਕੀਤਾ, ਦੁਕਾਨਾਂ ਵਾਲਿਆਂ ਨੇ ਕੀਤਾ, ਵਪਾਰੀਆਂ ਨੇ, ਕਿਸਾਨਾਂ ਨੇ, ਹਰ ਵਰਗ ਦੀ ਇਹ 'ਚ ਸ਼ਮੂਲੀਅਤ ਸੀ। ਅਤੇ ਇਲੈਕਸ਼ਨ ਜਿਵੇਂ ਦੂਸਰੇ ਕੈਂਡੀਡੇਟ ਲੜ ਰਹੇ ਸੀ, ਮੈਂ ਕੈਂਡੀਡੇਟ ਨੇ ਨਹੀਂ ਲੜੀ, ਇਹ ਲੋਕਾਂ ਨੇ ਲੜੀ ਹੈ ਅਤੇ ਲੋਕਾਂ ਦੀ ਜਿੱਤ ਹੋਈ ਹੈ ਜੀ। ਵਿਧਾਨ ਸਭਾ ਦੇ ਵਿੱਚ ਤੁਹਾਡਾ ਕੀ ਰੋਲ ਰਹੇਗਾ? ਦੇਖੋ, ਇੱਕ ਵਿਧਾਇਕ ਦੀ ਜ਼ਿੰਮੇਵਾਰੀ ਹੁੰਦੀ ਆ ਉਹਦੇ ਹਲਕੇ ਦੇ ਜਿਹੜੇ ਵੀ ਮੁੱਦੇ ਨੇ ਉਹ ਵਿਧਾਨ ਸਭਾ ਜਾ ਕੇ ਉੱਠਣ। ਜਿਵੇਂ ਸਾਡੇ ਪਹਿਲਾਂ ਵਾਲੇ ਵਿਧਾਇਕ ਕਰਦੇ ਰਹੇ ਆ ਵੀ ਸਾਡੀ ਤਾਂ ਸਰਕਾਰ ਨਹੀਂ ਬਣੀ ਜੀ, ਉਹਨਾਂ ਨੇ ਨਾ ਕੋਈ ਵਿਧਾਨ ਸਭਾ ਗਏ ਨਾ ਬਰਨਾਲੇ ਦਾ ਕੋਈ ਮੁੱਦਾ ਚੁੱਕਿਆ। ਮੈਨੂੰ ਬਰਨਾਲੇ ਦੇ ਲੋਕਾਂ ਨੇ ਮੌਕਾ ਦਿੱਤਾ, ਮੇਰੇ 'ਤੇ ਵਿਸ਼ਵਾਸ ਕੀਤਾ ਅਤੇ ਮੈਂ ਵਿਸ਼ਵਾਸ ਦਿਵਾਉਣਾ ਬਰਨਾਲੇ ਦੇ ਲੋਕਾਂ ਨੂੰ, ਐਸਾ ਬਰਨਾਲੇ ਦਾ 5 ਸਾਲਾਂ 'ਚ ਕੋਈ ਮੁੱਦਾ ਨਹੀਂ ਹੋਊਗਾ ਜਿਹੜਾ ਪੰਜਾਬ ਦੀ ਵਿਧਾਨ ਸਭਾ 'ਚ ਗੂੰਜੇਗਾ ਨਹੀਂ। ਨਵੀਂ ਸਰਕਾਰ ਦੀਆਂ ਕੀ ਮੰਨਦੇ ਵੀ ਕੀ ਮੁੱਖ ਤਰਜੀਹਾਂ ਹੋਣੀਆਂ ਚਾਹੀਦੀਆਂ ਨੇ? ਪੰਜਾਬ 'ਚ ਪੰਜਾਬ ਦੀ ਜਵਾਨੀ ਦਾ ਨਸ਼ੇ ਨਾਲ ਬਹੁਤ ਬੁਰਾ ਹਾਲ ਹੈ, ਬੇਰੁਜ਼ਗਾਰੀ ਨਾਲ ਬੁਰਾ ਹਾਲ ਹੈ, ਪੰਜਾਬ 'ਚ ਰਿਸ਼ਵਤਖੋਰੀ ਸਿਖਰ 'ਤੇ ਹੈ, ਪੰਜਾਬ ਕਰਜ਼ਈ ਹੈ। ਇਹ ਮੇਨ ਮੁੱਦੇ ਆ ਜਿਹੜੇ ਮੈਨੂੰ ਲੱਗਦਾ ਜਿਹੜੀ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਹੈ ਉਹਨੂੰ ਦੇਖਣੇ ਚਾਹੀਦੇ ਆ, ਅਤੇ ਉਹਨਾਂ ਨੇ ਵਾਅਦੇ ਵੀ ਕੀਤੇ ਆ ਕਿ ਅਸੀਂ ਇਹਨਾਂ ਨੂੰ ਹੱਲ ਕਰਾਂਗੇ। ਇਸ ਸਮੇਂ ਪੰਜਾਬ ਦੇ ਉੱਪਰ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈਗਾ ਜੋ ਨਵੀਂ ਸਰਕਾਰ ਨੇ, ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਨੇ। ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਉਹ ਇਹਨਾਂ ਵਾਅਦਿਆਂ ਨੂੰ ਪੂਰੇ ਕਰਨ ਲਈ ਸਾਧਨਾਂ ਜੁਟਾ ਸਕੇਗੀ? ਪਹਿਲਾਂ ਸਭ ਤੋਂ ਪਹਿਲਾਂ ਕਾਂਗਰਸ ਨੂੰ ਜੋ ਜਿਵੇਂ ਦਾ ਪੁਰਾਣਾ ਰਿਕਾਰਡ ਰਿਹਾ ਕਾਂਗਰਸ ਦਾ, ਕਾਂਗਰਸ ਨੂੰ ਕਰਪਸ਼ਨ ਦੀ ਮਾਂ ਕਹਿੰਦੇ ਆ, ਉਹਨਾਂ ਨੂੰ ਰਿਸ਼ਵਤਖੋਰੀ ਬੰਦ ਕਰਕੇ ਪਹਿਲਾਂ ਆਪਣੇ MLA ਨੂੰ, ਆਪਣੇ ਮਿਨਿਸਟਰ ਨੂੰ ਸਮਝਾਉਣਾ ਚਾਹੀਦਾ ਕਿ ਰਿਸ਼ਵਤਖੋਰੀ ਨਹੀਂ ਕਰਨੀ। ਜੇ ਰਿਸ਼ਵਤਖੋਰੀ ਬੰਦ ਹੋ ਗਈ ਤਾਂ ਦਿੱਲੀ 'ਚ ਵੀ ਅਸੀਂ ਰਿਸ਼ਵਤਖੋਰੀ ਬੰਦ ਕਰਕੇ 1 ਕਰੋੜ ਰੁਪਇਆ ਬਚਾਇਆ, ਇੱਥੇ ਵੀ ਬਚ ਸਕਦਾ, ਇੱਥੇ ਵੀ ਵਾਅਦੇ ਪੂਰੇ ਹੋ ਸਕਦੇ ਆ। ਪਰ ਪਹਿਲਾਂ ਉਹਨਾਂ ਨੂੰ ਖੁਦ ਨੂੰ ਸਾਫ਼ ਕਰਨਾ ਪਊਗਾ, ਆਪਣੇ ਆਪ 'ਚ ਰਿਸ਼ਵਤਖੋਰੀ ਖਤਮ ਕਰਨੀ ਪਊਗੀ। ਜਿਹੜੀਆਂ ਸਿਆਸੀ ਪਾਰਟੀਆਂ ਲੋਕਾਂ ਨਾਲ ਵਾਅਦੇ ਕਰਦੀਆਂ, ਤੁਸੀਂ ਚਾਹੁੰਦੇ ਹੋ ਵੀ ਜਿਹੜੇ ਇਹ ਵਾਅਦੇ ਨੇਗੇ ਵੀ ਇਹਨਾਂ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਲਿਆਂਦਾ ਜਾਵੇ ਜਾਂ ਇਹ ਜਵਾਬਦੇਹ ਇਹਨਾਂ ਨੂੰ ਬਣਾਇਆ ਜਾਵੇ? ਮੇਰੀ ਨਿੱਜੀ ਰਾਏ ਹੈ ਕਿ ਕੁਛ ਨਾ ਕੁਛ ਤਾਂ ਰੱਖਣਾ ਚਾਹੀਦਾ, ਵੀ 70% ਵੀ ਜੇ ਪੂਰੇ ਕਰ ਸਕਦੇ ਹੋ ਤਾਂ ਉਹ ਫਿਰ ਵੀ ਠੀਕ ਹੈ। ਪਰ ਜੇ ਤੁਸੀਂ ਵਾਅਦਾ ਕਰਦੇ ਹੋ ਕਿ ਮੈਂ 1 ਲੱਖ ਨੌਕਰੀ ਦੇਊਂਗਾ ਅਤੇ ਦਿੰਦੇ ਤੁਸੀਂ 1000 ਵੀ ਨਹੀਂ, ਤਾਂ ਉਹ ਕੁਸ਼ਨੇਬਲ ਹੋਣਾ ਚਾਹੀਦਾ। ਹਲਕੇ ਬਰਨਾਲੇ ਦੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਦੇਖੋ, ਮੈਂ ਪਹਿਲਾਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਬਰਨਾਲੇ ਹਲਕੇ ਦੇ ਵਾਸੀਆਂ ਦਾ, ਵੋਟਰਾਂ ਦਾ, ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ। ਅਤੇ ਜਿਹੜੀ ਨਵੀਂ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ ਕਿ ਬਿਨਾਂ ਪੈਸੇ ਦੇ ਕੇ, ਬਿਨਾਂ ਦਾਰੂ ਵੰਡੇ ਜਿਹੜੀ ਅਸੀਂ ਇਲੈਕਸ਼ਨ ਜਿੱਤੀ ਹੈ, ਇਸਦਾ ਸਾਥ ਦਿੱਤਾ। ਅਤੇ ਮੇਰੀ ਪੂਰੇ ਪੰਜਾਬ ਦੇ ਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਆਉਣ ਵਾਲੀਆਂ ਚੋਣਾਂ 'ਚ, ਚਾਹੇ ਵਿਧਾਨ ਸਭਾ ਦੀ ਹੋਣ, ਚਾਹੇ ਲੋਕ ਸਭਾ, ਚਾਹੇ MC ਸਰਪੰਚੀ, ਦਾਰੂ ਵੰਡਣ ਵਾਲਿਆਂ 'ਤੇ ਪੈਸੇ ਦੇ ਕੇ ਵੋਟਾਂ ਖਰੀਦਣਾ ਨੂੰ ਵੋਟਾਂ ਨਾ ਪਾਓ। ਜੇ ਪੰਜਾਬ ਦਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਚੰਗਾ ਚਾਹੁੰਦੇ ਹੋ, ਕਿਉਂਕਿ ਦਾਰੂ ਦੇਣ ਵਾਲਾ ਅਤੇ ਪੈਸੇ ਦੇ ਕੇ ਵੋਟਾਂ ਖਰੀਦਣ ਵਾਲਾ ਕਦੇ ਪੰਜਾਬ ਦਾ ਅਤੇ ਕਦੇ ਸਾਡੇ ਬੱਚਿਆਂ ਦਾ ਭਲਾ ਨਹੀਂ ਕਰ ਸਕਦਾ। ਇਹ ਸਨ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਵਿਧਾਇਕ ਸਰਦਾਰ ਗੁਰਮੀਤ ਸਿੰਘ ਮੀਤੇਹਰ ਜੀ। ਅਜੀਤ ਨਾਲ ਗੱਲਬਾਤ ਕਰਨ 'ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ।